ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਬਾਈਕ ਅਤੇ ਕੈਂਟਰ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਬਾਈਕ ਚਕਨਾਚੂਰ ਹੋਇਆ ਤੇ ਬਾਈਕ ਸਵਾਰ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਦੋਵੇਂ ਹੀ ਨੌਜਵਾਨ ਆਪਣੇ ਘਰ ਕੰਮ ਤੋਂ ਵਾਪਸੀ ਕਰ ਰਹੇ ਸੀ ਤੇ ਰਸਤੇ ਦੇ ਵਿੱਚ ਅਚਾਨਕ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਉਹਨਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਆਮੋ ਸਾਹਮਣੇ ਦੀ ਇਹ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਦੋਵੇਂ ਹੀ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ ਤਾਂ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਬਾਈਕ ਹੈ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਹਾਲਾਂਕਿ ਜੋ ਕੈਂਟਰ ਦਾ ਅਗਲਾ ਹਿੱਸਾ ਉਹ ਬਿਲਕੁਲ ਹੀ ਭੰਨਿਆ ਹੋਇਆ ਨਜ਼ਰ ਆ ਰਿਹਾ ਹੈ, ਜੋ ਕਿ ਖੁਦ ਬਿਆਨ ਕਰ ਰਿਹਾ ਹੈ ਕਿ ਹਾਦਸਾ ਕਿੰਨਾ ਭਿਆਨਕ ਤਰੀਕੇ ਦੇ ਨਾਲ ਵਾਪਰਿਆ ਹੋਵੇਗਾ। ਤਾਂ ਦੱਸ ਦਈਏ ਕਿ ਦੋ ਘਰਾਂ ਦੇ ਚਿਰਾਗ ਬੁੱਝ ਗਏ ਨੇ, ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋਈ ਹੈ। ਹਾਲਾਂਕਿ ਮੌਕੇ 'ਤੇ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਅਤੇ ਐਂਬੂਲੈਂਸ ਦੇ ਵਿੱਚ ਪਾ ਕੇ ਜਦੋਂ ਇਹਨਾਂ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਉੱਥੇ ਜਾ ਕੇ ਇਹਨਾਂ ਦੀ ਮੌਤ ਹੋਈ ਦੱਸਿਆ ਜਾ ਰਿਹਾ ਅਤੇ ਸਿਰ ਦੇ ਵਿੱਚ ਡੂੰਘੀਆਂ ਸੱਟਾਂ ਇਹਨਾਂ ਦੇ ਲੱਗੀਆਂ ਸੀ ਜਿਸ ਦੇ ਕਾਰਨ ਹੀ ਦੋਵਾਂ ਦੀ ਮੌਤ ਹੋਈ ਹੈ। ਤਾਂ ਅਬੋਹਰ ਫਾਜ਼ਿਲਕਾ ਰੋਡ ਦੇ ਉੱਤੇ ਹਾਦਸਾ ਵਾਪਰਿਆ। ਅਬੋਹਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦੋ ਨੌਜਵਾਨਾਂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਹੈ। ਮੇਰਾ ਨਾਮ ਅਸ਼ੋਕ ਕੁਮਾਰ ਹੈ। ਅਸੀਂ ਵੀਰ ਜੀ ਪੇਸ਼ੈਂਟ ਨੂੰ ਲੈ ਕੇ ਕਿਲਿਆਣੀ ਚੌਂਕ ਤੋਂ, ਜਿਹੜਾ ਬ੍ਰਾਈਟਨ ਹੋਟਲ ਹੈ ਉਹਦੇ ਬਿਲਕੁਲ ਫਾਈਟ ਵਾਲੇ ਪਾਸੇ, ਕੈਂਟਰ ਨਾਲ ਇਹਨਾਂ ਦਾ ਮੋਟਰਸਾਈਕਲ ਵਿੱਚ ਕੈਂਟਰ ਦੇ ਬੜੇ ਐਕਸੀਡੈਂਟ ਹੋਇਆ। ਦੋਵੇਂ ਬੰਦੇ ਮਤਲਬ ਮੌਕੇ ਦੇ ਇਲਾਜ ਬਹੁਤ ਹੀ ਮਾੜੇ ਸੀ। ਇੱਕ ਵਾਰੀ ਉਹਨਾਂ ਨੂੰ ਦੇਖ ਕੇ ਟ੍ਰੀਟਮੈਂਟ ਦੇ ਰਹੇ ਨੇ। ਅੱਛਾ ਜੀ। ਅਤੇ ਬਾਕੀ ਬਾਅਦ 'ਚ ਪਤਾ ਲੱਗਦਾ ਜੀ ਲੱਗਿਆ ਵੀਰੇ ਉੱਥੇ ਅਸੀਂ ਪਹੁੰਚੇ ਹਾਂ, ਨਾਲ ਦੀ ਨਾਲ ਅਸੀਂ ਜਾਂਦੇ ਹਾਂ ਸਾਰੇ ਪੇਸ਼ੈਂਟ ਦੂਰ ਕਰ ਲਏ। ਇੱਕ ਬੰਦਾ ਕਹਿ ਰਹੇ ਨੇ ਖਾਟਵਾਂ ਦਾ, ਦੂਜੇ ਦਾ ਨਹੀਂ ਪਤਾ ਲੱਗਿਆ। ਇੱਕ ਖਾਟਵਾਂ ਜਿਹੜਾ ਅੰਮ੍ਰਿਤਪੁਰਾ ਕੋਲ ਹੈਗਾ, ਜਿਹੜਾ ਮਾਨਗੜ੍ਹ ਰੋਡ ਲਾਇਆ, ਦੋਵੇਂ ਪੌਦੇ ਦੋਨੇ ਬਲੂਟੈਂਡ ਹੀ ਸੀ। ਪਛਾਣ ਫਿਲਹਾਲ ਤਾਂ ਨਹੀਂ ਹੋਈ ਹੈ। ਇੱਕ ਦਾ ਰਿਲੇਟਿਵ ਹੈ ਸ਼ਾਇਦ, ਇੱਕ ਦਾ ਰਿਲੇਟਿਵ ਹੈ। ਕੀ ਸੱਟਾਂ ਕਿਸ ਤਰ੍ਹਾਂ ਦੀਆਂ, ਕਿੱਥੇ ਵੱਜੀਆਂ ਹੈ ਜਿਹਨਾਂ ਦੀ ਮੌਕੇ 'ਤੇ ਮੌਤ ਹੋ ਗਈ ਜੀ? ਮੌਕੇ 'ਤੇ ਹੈਡ ਇੰਜਰੀ ਸਿਰ 'ਤੇ। ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਬਾਈਕ ਅਤੇ ਕੈਂਟਰ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਬਾਈਕ ਚਕਨਾਚੂਰ ਹੋਇਆ ਤੇ ਬਾਈਕ ਸਵਾਰ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਦੋਵੇਂ ਹੀ ਨੌਜਵਾਨ ਆਪਣੇ ਘਰ ਕੰਮ ਤੋਂ ਵਾਪਸੀ ਕਰ ਰਹੇ ਸੀ ਤੇ ਰਸਤੇ ਦੇ ਵਿੱਚ ਅਚਾਨਕ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਉਹਨਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਆਮੋ ਸਾਹਮਣੇ ਦੀ ਇਹ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਦੋਵੇਂ ਹੀ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ ਤਾਂ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਬਾਈਕ ਹੈ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਹਾਲਾਂਕਿ ਜੋ ਕੈਂਟਰ ਦਾ ਅਗਲਾ ਹਿੱਸਾ ਹੈ ਉਹ ਬਿਲਕੁਲ ਹੀ ਭੰਨਿਆ ਹੋਇਆ ਨਜ਼ਰ ਆ ਰਿਹਾ ਹੈ, ਜੋ ਕਿ ਖੁਦ ਬਿਆਨ ਕਰ ਰਿਹਾ ਹੈ ਕਿ ਹਾਦਸਾ ਕਿੰਨਾ ਭਿਆਨਕ ਤਰੀਕੇ ਦੇ ਨਾਲ ਵਾਪਰਿਆ ਹੋਵੇਗਾ। ਤਾਂ ਦੱਸ ਦਈਏ ਕਿ ਦੋ ਘਰਾਂ ਦੇ ਚਿਰਾਗ ਬੁੱਝ ਗਏ ਨੇ, ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋਈ ਹੈ। ਹਾਲਾਂਕਿ ਮੌਕੇ 'ਤੇ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਅਤੇ ਐਂਬੂਲੈਂਸ ਦੇ ਵਿੱਚ ਪਾ ਕੇ ਜਦੋਂ ਇਹਨਾਂ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਉੱਥੇ ਜਾ ਕੇ ਇਹਨਾਂ ਦੀ ਮੌਤ ਹੋਈ ਦੱਸਿਆ ਜਾ ਰਿਹਾ ਹੈ ਅਤੇ ਸਿਰ ਦੇ ਵਿੱਚ ਡੂੰਘੀਆਂ ਸੱਟਾਂ ਇਹਨਾਂ ਦੇ ਲੱਗੀਆਂ ਸੀ ਜਿਸ ਦੇ ਕਾਰਨ ਹੀ ਦੋਵਾਂ ਦੀ ਮੌਤ ਹੋਈ ਹੈ। ਤਾਂ ਅਬੋਹਰ ਫਾਜ਼ਿਲਕਾ ਰੋਡ ਦੇ ਉੱਤੇ ਹਾਦਸਾ ਵਾਪਰਿਆ। ਅਬੋਹਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦੋ ਨੌਜਵਾਨਾਂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਹੈ। ਮੇਰਾ ਨਾਮ ਅਸ਼ੋਕ ਕੁਮਾਰ ਹੈ। ਅਸੀਂ ਵੀਰ ਜੀ ਪੇਸ਼ੈਂਟ ਨੂੰ ਲੈ ਕੇ ਕਿਲਿਆਣੀ ਚੌਂਕ ਤੋਂ, ਜਿਹੜਾ ਬ੍ਰਾਈਟਨ ਹੋਟਲ ਹੈ ਉਹਦੇ ਬਿਲਕੁਲ ਫਾਈਟ ਵਾਲੇ ਪਾਸੇ, ਕੈਂਟਰ ਨਾਲ ਇਹਨਾਂ ਦਾ ਮੋਟਰਸਾਈਕਲ ਵਿੱਚ ਕੈਂਟਰ ਦੇ ਬੜੇ ਐਕਸੀਡੈਂਟ ਹੋਇਆ। ਦੋਵੇਂ ਬੰਦੇ ਮਤਲਬ ਮੌਕੇ ਦੇ ਇਲਾਜ ਬਹੁਤ ਹੀ ਮਾੜੇ ਸੀ। ਇੱਕ ਵਾਰੀ ਉਹਨਾਂ ਨੂੰ ਦੇਖ ਕੇ ਟ੍ਰੀਟਮੈਂਟ ਦੇ ਰਹੇ ਨੇ। ਅੱਛਾ ਜੀ। ਅਤੇ ਬਾਕੀ ਬਾਅਦ 'ਚ ਪਤਾ ਲੱਗਿਆ ਵੀਰੇ ਉੱਥੇ ਅਸੀਂ ਪਹੁੰਚੇ ਹਾਂ, ਨਾਲ ਦੀ ਨਾਲ ਅਸੀਂ ਜਾਂਦੇ ਹਾਂ ਸਾਰੇ ਪੇਸ਼ੈਂਟ ਦੂਰ ਕਰ ਲਏ। ਇੱਕ ਬੰਦਾ ਕਹਿ ਰਹੇ ਨੇ ਖਾਟਵਾਂ ਦਾ, ਦੂਜੇ ਦਾ ਨਹੀਂ ਪਤਾ ਲੱਗਿਆ। ਇੱਕ ਖਾਟਵਾਂ ਜਿਹੜਾ ਅੰਮ੍ਰਿਤਪੁਰਾ ਕੋਲ ਹੈਗਾ, ਜਿਹੜਾ ਮਾਨਗੜ੍ਹ ਰੋਡ ਲਾਇਆ,
ਦੋਨੇ ਬਰੋ ਡੈਡ ਹੀ ਸੀਗੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਬਾਈਕ ਅਤੇ ਕੈਂਟਰ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਬਾਈਕ ਚਕਨਾਚੂਰ ਹੋਇਆ ਤੇ ਬਾਈਕ ਸਵਾਰ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਦੋਵੇਂ ਹੀ ਨੌਜਵਾਨ ਆਪਣੇ ਘਰ ਕੰਮ ਤੋਂ ਵਾਪਸੀ ਕਰ ਰਹੇ ਸੀ ਤੇ ਰਸਤੇ ਦੇ ਵਿੱਚ ਅਚਾਨਕ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਉਹਨਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਆਮੋ ਸਾਹਮਣੇ ਦੀ ਇਹ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਦੋਵੇਂ ਹੀ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ ਤਾਂ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਬਾਈਕ ਹੈ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ, ਹਾਲਾਂਕਿ ਜੋ ਕੈਂਟਰ ਦਾ ਅਗਲਾ ਹਿੱਸਾ ਉਹ ਬਿਲਕੁਲ ਹੀ ਭੰਨਿਆ ਹੋਇਆ ਨਜ਼ਰ ਆ ਰਿਹਾ ਜੋ ਕਿ ਖੁਦ ਬਿਆਨ ਕਰ ਰਿਹਾ ਕਿ ਹਾਦਸਾ ਕਿੰਨਾ ਭਿਆਨਕ ਤਰੀਕੇ ਦੇ ਨਾਲ ਵਾਪਰਿਆ ਹੋਵੇਗਾ। ਤਾਂ ਦੱਸ ਦਈਏ ਕਿ ਦੋ ਘਰਾਂ ਦੇ ਚਿਰਾਗ ਬੁਝ ਗਏ ਨੇ, ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋਈ ਹੈ। ਹਾਲਾਂਕਿ ਮੌਕੇ 'ਤੇ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਅਤੇ ਐਂਬੂਲੈਂਸ ਦੇ ਵਿੱਚ ਪਾ ਕੇ ਜਦੋਂ ਇਹਨਾਂ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਉੱਥੇ ਜਾ ਕੇ ਇਹਨਾਂ ਦੀ ਮੌਤ ਹੋਈ ਦੱਸਿਆ ਜਾ ਰਿਹਾ ਅਤੇ ਸਿਰ ਦੇ ਵਿੱਚ ਡੂੰਘੀਆਂ ਸੱਟਾਂ ਇਹਨਾਂ ਦੇ ਲੱਗੀਆਂ ਸੀ ਜਿਸ ਦੇ ਕਾਰਨ ਹੀ ਦੋਵਾਂ ਦੀ ਮੌਤ ਹੋਈ ਹੈ। ਤਾਂ ਅਬੋਹਰ ਫਾਜ਼ਿਲਕਾ ਰੋਡ ਦੇ ਉੱਤੇ ਹਾਦਸਾ ਵਾਪਰਿਆ। ਅਬੋਹਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦੋ ਨੌਜਵਾਨਾਂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਹੈ। ਮੇਰਾ ਨਾਮ ਅਸ਼ੋਕ ਕੁਮਾਰ ਹੈ ਜੀ। ਅਸੀਂ ਵੀਰ ਜੀ ਪੇਸ਼ੈਂਟ ਨੂੰ ਲੈ ਕੇ ਕਿਲਿਆਣੀ ਚੌਂਕ ਤੋਂ, ਜਿਹੜਾ ਬ੍ਰਾਈਟਨ ਹੋਟਲ ਹੈ ਉਹਦੇ ਬਿਲਕੁਲ ਫਾਈਟ ਵਾਲੇ ਪਾਸੇ, ਕੈਂਟਰ ਨਾਲ ਇਹਨਾਂ ਦਾ ਮੋਟਰਸਾਈਕਲ ਵਿੱਚ ਕੈਂਟਰ ਦੇ ਵੜਿਆ ਜੀ ਐਕਸੀਡੈਂਟ ਹੋਇਆ। ਦੋਵੇਂ ਬੰਦੇ ਮਤਲਬ ਮੌਕੇ ਦੇ ਇਲਾਜ ਬਹੁਤ ਹੀ ਮਾੜੇ ਸੀ, ਇੱਕ ਵਾਰੀ ਉਹਨਾਂ ਨੂੰ ਦੇਖ ਕੇ ਟ੍ਰੀਟਮੈਂਟ ਦੇ ਰਹੇ ਨੇ। ਅੱਛਾ ਜੀ। ਅਤੇ ਬਾਕੀ ਬਾਅਦ 'ਚ ਪਤਾ ਲੱਗਿਆ ਜੀ, ਲੱਗਿਆ ਵੀਰੇ ਉੱਥੇ ਅਸੀਂ ਪਹੁੰਚੇ ਹਾਂ, ਨਾਲ ਦੀ ਨਾਲ ਅਸੀਂ ਜਾਂਦੇ ਹਾਂ ਸਾਰੀ ਪੇਸ਼ੈਂਟ ਦੂਰ ਕਰ ਲਿਆ ਜੀ। ਇੱਕ ਬੰਦਾ ਕਹਿ ਰਹੇ ਨੇ ਖਾਟਵਾਂ ਦਾ, ਦੂਜੇ ਦਾ ਨਹੀਂ ਪਤਾ ਲੱਗਿਆ। ਇੱਕ ਖਾਟਵਾਂ ਜਿਹੜਾ ਅੰਮ੍ਰਿਤਪੁਰਾ ਕੋਲ ਹੈਗਾ, ਜਿਹੜਾ ਮਾਨਗੜ੍ਹ ਰੋਡ ਲਾਇਆ, ਦੋਵੇਂ ਪੌਦੇ ਦੋਨੇ ਬਰੋ ਡੈਡ ਹੀ ਸੀਗੇ। ਸ਼ਾਮ ਫਿਲਹਾਲ ਤਾਂ ਨਹੀਂ ਹੋਈ ਹੈ, ਇੱਕ ਦਾ ਰਿਲੇਟਿਵ ਹੈ ਸ਼ਾਇਦ, ਇੱਕ ਦਾ ਰਿਲੇਟਿਵ ਹੈ। ਕੀ ਸੱਟਾਂ ਕਿਸ ਤਰ੍ਹਾਂ ਦੀਆਂ, ਕਿੱਥੇ ਵੱਜੀਆਂ ਜਿਹੜੀਆਂ, ਜਿਨ੍ਹਾਂ ਦੀ ਮੌਕੇ ਦੀ ਮੌਤ ਹੋ ਗਈ ਜੀ? ਮੌਕੇ 'ਤੇ ਹੈਡ ਇੰਜਰੀ ਸੀ ਸਿਰ 'ਤੇ।